ਇੱਕਵੀਂ ਕਹਾਣੀ ਪਰਮਾਤਮਾ ਮਸੀਹ ਦੇ ਆਉਣੇ ਦਾ ਵਾਅਦਾ ਕਰਦਾ ਹੈ। ਜਾਲੂ ਪਰਮਾਤਮਾ ਸ੍ਰਿਸ਼ਟੀ ਜੋ ਬਣਿਆ ਥਾ ਤਾਂ ਸਹਿ ਜਾਣਦਾ ਥਾ ਕਿ ਕਿਸੀ ਉਹ ਵਾਅਦੇ 'ਚ ਇੱਕ ਦਿਨ ਜ਼ਰੂਰ ਮਸੀਹ ਜੋ ਕਹਾਣਾ ਹੋਊਗਾ। ਤਿੰਨੀ ਆਦਮ ਕਨੇ ਹਵਾ ਨੇ ਵਾਅਦਾ ਕੀਤਾ ਥਾ ਕਿ ਸਹਿ ਇਯਾਂ ਕਰੇਗਾ। ਪਰਮਾਤਮਾ ਗਲਾਇਆ ਥਾ ਕਿ ਹਵਾ ਦੇ ਬੰਸੇ ਤੇ ਇੱਕ ਮਾਣੂ ਜਨਮ ਲੈਂਗਾ ਜਿਹੜਾ ਸਰਪੇ ਦੇ ਸਿਰੇ ਕੁਚਲਗਾ। ਜਿੰਨੀ ਸਰਪੇ ਹਵਾ ਜੋ ਧੋਖੇ ਨੇ ਫਲ ਖਵਾਈ ਦਿੱਤੇ ਥਾ ਸਹਿ ਸ਼ੈਤਾਨ ਥਾ। ਪਰਮਾਤਮਾ ਦੇ ਵਾਅਦੇ ਦਾ ਮਤਲਬ ਥਾ ਕਿ ਮਸੀਹ ਪੂਰੇ ਤਰੀਕੇ ਨੇ ਸ਼ੈਤਾਨੇ ਜੋ ਹਰਾਈ ਦੇਂਗਾ। ਪਰਮਾਤਮਾ ਅਬਰਾਹਮੇ ਨੇ ਵਾਅਦਾ ਕੀਤਾ ਥਾ ਕਿ ਇਸ ਦੇ ਜ਼ਰੀਏ ਸੰਸਾਰੇ ਦੀਆਂ ਸਾਰੀਆਂ ਮਤੀਆਂ ਜਾਤੀਆਂ ਅਸੀਸ ਪਾਂਗੀਆਂ। ਪਰਮਾਤਮਾ ਇੱਕ ਦਿਨ ਮਸੀਹ ਜੋ ਖੱਲੀ ਕਰੀ ਇਸ ਵਾਅਦੇ ਜੋ ਜ਼ਰੂਰ ਪੂਰਾ ਕਰੇਗਾ। ਸਹਿ ਮਸੀਹ ਸੰਸਾਰੇ ਦੀ ਹਰ ਇੱਕ ਜਾਤੀ ਦੇ ਲੋਕਾਂ ਜੋ ਇਹਨਾਂ ਦੇ ਪਾਪਾਂ ਤੇ ਬਚਾਂਗਾ। ਪਰਮਾਤਮਾ ਮੂਸਾ ਨੇ ਵਾਅਦਾ ਕੀਤਾ ਥਾ ਕਿ ਆਉਣੇ ਵਾਲੇ ਵਕਤੇ 'ਚ ਮੂਸਾ ਸਾਈਏ ਇੱਕ ਹੋਰ ਭਵਿਸ਼ਯ ਵਕਤਾ ਘਲਗਾ। ਇਹ ਭਵਿਸ਼ਯ ਵਕਤਾ ਮਸੀਹ ਹੋਊਗਾ। ਇਸ ਤਰੀਕੇ ਪਰਮਾਤਮਾ ਫਿਰ ਵਾਅਦਾ ਕੀਤਾ ਕਿ ਸਹਿ ਮਸੀਹ ਜੋ ਘਲਗਾ। ਪਰਮਾਤਮਾ ਦਾਊਦ ਰਾਜੇ ਨੇ ਵਾਅਦਾ ਕੀਤਾ ਥਾ ਕਿ ਇਸਦੇ ਬੰਸੇ ਤੇ ਇੱਕ ਰਾਜਾ ਹੋਊਗਾ, ਸਹਿ ਮਸੀਹ ਹੋਊਗਾ ਜਿਹੜਾ ਪਰਮਾਤਮਾ ਦੇ ਲੋਕਾਂ ਪਰ ਰਾਜ ਕਰੇਗਾ। ਪਰਮਾਤਮਾ ਯਰਮਿਆਹ ਭਵਿਸ਼ਯ ਵਕਤਾ ਨੇ ਗੱਲ ਕੀਤੀ ਕਨੇ ਗਲਾਇਆ ਕਿ ਇੱਕ ਦਿਨ ਸਹਿ ਨਵਾਂ ਵਾਅਦਾ ਕਰੇਗਾ, ਅਪਰ ਸਹਿ ਇਸ ਵਾਅਦੇ ਸਾਈਏ ਨਹੀਂ ਹੋਊਗਾ ਜਿਹੜਾ ਪਰਮਾਤਮਾ ਇਸਰਾਇਲੀ ਲੋਕਾਂ ਸੋਗੀ ਸੀਨੇ ਪਹਾੜੇ ਪਰ ਕੀਤਾ ਥਾ। ਜਿਹੜਾ ਨਵਾਂ ਵਾਅਦਾ ਮੈਂ ਤਿੰਨਾਂ ਦਿਨਾਂ 'ਚ ਤਿੰਨਾਂ ਸੋਗੀ ਕਰੇਗਾ, ਸਹਿ ਇਹ ਹੈ ਕਿ ਮੈਂ ਆਪਣੇ ਆਪੇ ਜੋ ਤਿੰਨਾਂ ਪਰ ਪ੍ਰਗਟ ਕਰੇਗਾ। ਹਰ ਮਾਣੂ ਤਿਸ ਨੇ ਪਿਆਰ ਰੱਖੇਗਾ ਕਨੇ ਇਸ ਦੇ ਨਿਯਮ ਕਾਨੂੰਨਾਂ ਦਾ ਪਾਲਣ ਕਰਨ ਦੀ ਇੱਛਾ ਰੱਖੇਗਾ, ਕਨੇ ਤਿੰਨਾਂ ਦੇ ਦਿਲਾਂ ਪਰ ਲਿਖੇਗਾ, ਕਨੇ ਸਹਿ ਮੇਰੇ ਲੋਕ ਹੋਊਗੇ, ਕਨੇ ਸਹਿ ਪਰਮਾਤਮਾ ਜੋ ਜਾਣਗੇ, ਕਨੇ ਪਰਮਾਤਮਾ ਤਿੰਨਾਂ ਦੇ ਪਾਪਾਂ ਜੋ ਮਾਫ ਕਰੇਗਾ। ਸਹਿ ਮਸੀਹ ਹੋਊਗਾ ਜਿਹੜਾ ਤਿੰਨਾਂ ਸੋਗੀ ਇਸ ਨੋਏ ਵਾਅਦੇ ਜੋ ਕਰੇਗਾ। ਪਰਮਾਤਮਾ ਭਵਿਸ਼ਯ ਵਕਤਾ ਨੇ ਇਹ ਵੀ ਗਲਾਇਆ ਕਿ ਮਸੀਹ ਇੱਕ ਭਵਿਸ਼ਯ ਵਕਤਾ ਹੋਊਗਾ। ਇੱਕ ਭਵਿਸ਼ਯ ਵਕਤਾ ਸਹਿ ਮਾਣੂ ਹੈ ਜਿਹੜਾ ਪਰਮਾਤਮਾ ਦੇ ਬਚਨਾਂ ਜੋ ਸੁਣਦਾ ਹੈ ਕਨੇ ਫਿਰ ਪਰਮਾਤਮਾ ਦੇ ਸੰਦੇਸ਼ਾਂ ਜੋ ਲੋਕਾਂ ਜੋ ਦੱਸਦਾ ਹੈ। ਜਿਸੀਓ ਗਲਣੇ ਦਾ ਵਾਅਦਾ ਪਰਮਾਤਮਾ ਕੀਤਾ ਥਾ ਸਹਿ ਮਸੀਹ ਇੱਕ ਮਹਾਨ ਭਵਿਸ਼ਯ ਵਕਤਾ ਹੋਊਗਾ। ਮਤਲਬ ਸਹਿ ਮਸੀਹ ਪਰਮਾਤਮਾ ਦੇ ਸੰਦੇਸ਼ਾਂ ਜੋ ਸੁਣਗਾ ਕਨੇ ਲੋਕਾਂ ਜੋ ਤਿੰਨਾਂ ਸੰਦੇਸ਼ਾਂ ਜੋ ਸਿਖਾਂਗਾ। ਇਸਰਾਇਲੀ ਯਾਚਕਾਂ ਲੋਕਾਂ ਦੇ ਪਾਪਾਂ ਦੀ ਮਾਫ਼ੀ ਤਾਈਂ ਬਲੀਦਾਨ ਪਰਮਾਤਮਾ ਜੋ ਚੜ੍ਹਾਉਂਦੇ ਰਹਿ ਤਾਂ ਜੇ ਪਰਮਾਤਮਾ ਤਿੰਨਾਂ ਦੇ ਪਾਪਾਂ ਦੀ ਸਜ਼ਾ ਤਿੰਨਾਂ ਜੋ ਨਾ ਦੇ। ਯਾਚਕ ਲੋਕਾਂ ਤਾਈਂ ਪ੍ਰਾਰਥਨਾ ਵੀ ਕਰਦੇ ਥੇ, ਅਪਰ ਸਹਿ ਮਸੀਹ ਇੱਕ ਮਹਾਨ ਮਹਾਯਾਚਕ ਹੋਊਗਾ ਜਿਹੜਾ ਸੰਸਾਰੇ ਦੇ ਲੋਕਾਂ ਦੇ ਪਾਪਾਂ ਜੋ ਆਪਣੇ ਉੱਪਰ ਲਈ ਕਰੀ ਆਪਣੇ ਆਪੇ ਜੋ ਪਰਮਾਤਮਾ ਤਾਈਂ ਬਲੀਦਾਨ ਕਰੀ ਦੇਂਗਾ। ਮਤਲਬ ਸਹਿ ਕਦੀ ਪਾਪਾਂ ਨਹੀਂ ਕਰੇਗਾ, ਕਨੇ ਜਾਲੂ ਸਹਿ ਆਪਣੇ ਆਪੇ ਜੋ ਬਲੀਦਾਨ ਕਰਨੇ ਤਾਈਂ ਦੇਈ ਦੇਂਗਾ ਤਾਂ ਸੰਸਾਰੇ ਦੇ ਲੋਕਾਂ ਦੇ ਪਾਪਾਂ ਤਾਈਂ ਕੋਈ ਵੀ ਬਲੀਦਾਨ ਜ਼ਰੂਰੀ ਨਹੀਂ ਹੋਊਗਾ। ਰਾਜਾ ਸਹਿ ਹੁੰਦਾ ਹੈ ਜਿਹੜਾ ਲੋਕਾਂ ਪਰ ਰਾਜ ਕਰਦਾ ਹੈ ਕਨੇ ਲੋਕਾਂ ਦਾ ਨਿਆਂ ਕਰਦਾ ਹੈ, ਕਨੇ ਕਦੀ ਕਦੀ ਸਹਿ ਗਲਤੀਆਂ ਕਰਦੇ ਹਨ। ਦਾਊਦ ਰਾਜੇ ਸਿਰਫ ਇਸਰਾਇਲੀ ਲੋਕਾਂ ਪਰ ਰਾਜ ਕੀਤਾ, ਅਪਰ ਦਾਊਦ ਰਾਜੇ ਦਾ ਬੰਸ ਮਸੀਹ ਪੂਰੇ ਸੰਸਾਰੇ ਦੇ ਲੋਕਾਂ ਪਰ ਰਾਜ ਕਰੇਗਾ, ਕਨੇ ਸਹਿ ਹਮੇਸ਼ਾ ਤਾਈਂ ਰਾਜ ਕਰੇਗਾ, ਕਨੇ ਸਦਾ ਸੱਚਾਈਆਂ ਨੇ ਨਿਆਂ ਕਰੇਗਾ, ਕਨੇ ਠੀਕ ਫੈਸਲਾ ਕਰੇਗਾ। ਪਰਮਾਤਮਾ ਦੇ ਭਵਿਸ਼ਯ ਵਕਤਾਂ ਮਸੀਹ ਦੇ ਬਾਰੇ 'ਚ ਬੜੀ ਪਹਿਲੇ ਤੇ ਮਤੀਆਂ ਭਵਿਸ਼ਯਵਾਣੀਆਂ ਕੀਤੀਆਂ ਥੀਆਂ। ਮਲਾਕੀ ਨਾਏ ਦੇ ਭਵਿਸ਼ਯ ਵਕਤ ਹੈ ਆਪਣੀਆਂ ਕਿਤਾਬਾਂ 'ਚ ਗਲਾਇਆ ਥਾ ਕਿ
ਮਸੀਹ ਦੇ ਆਉਣੇ ਤੇ ਪਹਿਲੇ ਇੱਕ ਭਵਿਸ਼ਯ ਵਕਤਾ ਆਉਂਗਾ। ਸਹਿ ਮਸੀਹ ਦੇ ਆਉਣੇ ਤਾਈ ਲੋਕਾਂ ਦੇ ਮਨਾਂ ਜੋ ਤਿਆਰ ਕਰਗਾ। ਇਸ ਦੇ ਇਲਾਵਾ ਯਸ਼ਾਹ ਭਵਿਸ਼ਯ ਵਕਤਾ ਆਪਣੀਆਂ ਕਿਤਾਬਾਂ 'ਚ ਲਿਖਿਆ ਹੈ ਕਿ ਮਸੀਹ ਇੱਕ ਕੁਆਰੀਆ ਕੁੜੀਆ ਤੇ ਜਨਮ ਲੈਂਗਾ। ਕਨੇ ਮੀਕਾ ਭਵਿਸ਼ਯ ਵਕਤਾ ਵੀ ਆਪਣੀਆਂ ਕਿਤਾਬਾਂ 'ਚ ਜ਼ਿਕਰ ਕੀਤਾ ਕਿ ਮਸੀਹ ਬੈਤਲਹਮ ਗਰਾਏ 'ਚ ਜਨਮ ਲੈਂਗਾ। ਯਸ਼ਾਹ ਭਵਿਸ਼ਯ ਵਕਤਾ ਇਹ ਵੀ ਲਿਖਿਆ ਕਿ ਮਸੀਹ ਗਲੀਲ ਪ੍ਰਦੇਸ਼ ਦੇ ਇਲਾਕੇ 'ਚ ਵਾਸ ਕਰਗਾ। ਜਿਹੜੇ ਲੋਕ ਬੜੇ ਦੁਖੀ ਹਨ, ਮਸੀਹ ਤਿਨ੍ਹਾਂ ਜੋ ਸ਼ਾਂਤੀ ਦੇਂਗਾ। ਸਹਿ ਕੈਦੀਆਂ ਜੋ ਆਜ਼ਾਦ ਕਰਗਾ। ਕਨੇ ਸਹਿ ਬਿਮਾਰਾਂ, ਭੋਲਿਆਂ, ਅੰਨਿਆਂ, ਗੁੰਗਿਆਂ, ਕਨੇ ਲੰਗੜਿਆਂ ਜੋ ਖਰਾ ਕਰਗਾ। ਯਸ਼ਾਹ ਭਵਿਸ਼ਯ ਵਕਤਾ ਇਹ ਵੀ ਲਿਖਿਆ ਕਿ ਲੋਕ ਮਸੀਹ ਨੇ ਨਫ਼ਰਤ ਕਰਗੇ, ਕਨੇ ਤਿਸੀਓ ਅਪਣਾਉਣੇ ਤੇ ਮਨਾ ਕਰੀ ਦੇਂਗੇ। ਦੂਜੇ ਭਵਿਸ਼ਯ ਵਕਤਾ ਵੀ ਗਲਿਆ ਕਿ ਲੋਕ ਮਸੀਹ ਜੋ ਮਾਰੀ ਦੇਂਗੇ, ਕਨੇ ਸਹਿ ਤਿਸਦੇ ਕੱਪੜਿਆਂ ਤਾਈ ਜੂਆ ਖੇਲਗੇ, ਕਨੇ ਤਿਸਦਾ ਇੱਕ ਸਾਥੀ ਤਿਸ ਨੇ ਬਗਾਵਤ ਕਰਗਾ। ਜ਼ਕਰਿਆਹ ਭਵਿਸ਼ਯ ਵਕਤਾ ਵੀ ਆਪਣੀਆਂ ਕਿਤਾਬਾਂ 'ਚ ਲਿਖਿਆ ਕਿ ਮਸੀਹ ਦਾ ਇੱਕ ਸਾਥੀ ਦੂਜਿਆਂ ਲੋਕਾਂ 'ਤੇ 30 ਚਾਂਦੀ ਦੇ ਸਿੱਕਿਆਂ ਲਈ ਤਿਸੀਓ ਧੋਖੇ ਨੇ ਪਕੜਵਾਈ ਦੇਂਗਾ। ਭਵਿਸ਼ਯ ਵਕਤਾ ਇਹ ਵੀ ਗਲਿਆ ਕਿ ਮਸੀਹ ਕਿਵੇਂ ਮਰਗਾ। ਯਸ਼ਾਹ ਭਵਿਸ਼ਯ ਵਕਤਾ ਇਹ ਵੀ ਜ਼ਿਕਰ ਕੀਤਾ ਕਿ ਲੋਕ ਮਸੀਹ ਪਰ ਥੁੱਕਗੇ, ਤਿਸਦਾ ਮਜ਼ਾਕ ਉਡਵਾਂਗੇ, ਕਨੇ ਤਿਸੀਓ ਮਾਰਗੇ, ਸਹਿ ਤਿਸਦੇ ਹੱਥਾਂ ਪੈਰਾਂ 'ਚ ਛੇਦ ਕਰਗੇ, ਕਨੇ ਤਿਸੀਓ ਬੜਾ ਦੁੱਖ ਕਨੇ ਕਸ਼ਟ ਦੇ ਕਰੀ ਮਰਗੇ, ਬਲਕਿ ਤਿੰਨੀ ਕੋਈ ਪਾਪ ਨਹੀਂ ਕੀਤਾ ਥਾ। ਭਵਿਸ਼ਯ ਵਕਤਾ ਇਹ ਵੀ ਗਲਿਆ ਕਿ ਮਸੀਹ ਮਹਾਨ ਹੋਊਗਾ, ਜਿੰਨੀ ਕੋਈ ਪਾਪ ਨਹੀਂ ਕੀਤਾ ਹੋਊਗਾ। ਸਹਿ ਸੰਸਾਰੇ ਦੇ ਸਾਰੇ ਲੋਕਾਂ ਦੀਆਂ ਪਾਪਾਂ ਦੀ ਵਜ੍ਹਾ ਤੇ ਮਾਰਾ ਜਾਂਗਾ। ਇਸਦੇ ਮਰਨੇ ਤੇ ਪਰਮਾਤਮੇ ਵਿੱਚ ਕਨੇ ਲੋਕਾਂ ਵਿੱਚ ਮੇਲ ਮਿਲਾਪ ਹੋ ਜਾਂਗਾ। ਇਸ ਤਾਈ ਪਰਮਾਤਮਾ ਚਾਹੁੰਦਾ ਹੈ ਕਿ ਮਸੀਹ ਮਰੇ। ਭਵਿਸ਼ਯ ਵਕਤਾ ਇਹ ਵੀ ਗਲਿਆ ਕਿ ਮਸੀਹ ਮਾਰਾ ਜਾਂਗਾ, ਕਨੇ ਪਰਮਾਤਮਾ ਤਿਸੀਓ ਮਰਿਆਂ ਤੇ ਜਿੰਦਾ ਕਰਗਾ। ਮਸੀਹ ਦੀ ਮੌਤ ਕਨੇ ਦੁਆਰਾ ਜਿੰਦਾ ਹੋਣਾ ਇਹ ਦੱਸਦਾ ਹੈ ਕਿ ਸੰਸਾਰੇ ਦੇ ਲੋਕਾਂ ਨੇ ਨਵਾਂ ਵਾਅਦਾ ਕਰਨਾ ਪਰਮਾਤਮੇ ਦੀ ਯੋਜਨਾ ਸੀ, ਤਾਂ ਜੇ ਸਹਿ ਸੰਸਾਰੇ ਦੇ ਲੋਕਾਂ ਨੂੰ ਬਚਾਈ ਸਕੇ ਜਿਨ੍ਹਾਂ ਤਿਸਦੇ ਖਿਲਾਫ ਪਾਪ ਕੀਤਾ। ਪਰਮਾਤਮਾ ਭਵਿਸ਼ਯ ਵਕਤਾ ਜੋ ਮਸੀਹ ਦੇ ਬਾਰੇ 'ਚ ਮਤੀਆਂ ਗੱਲਾਂ ਦੱਸੀਆਂ ਥੀਆਂ, ਅਪਰ ਮਸੀਹ ਇਹਨਾਂ 'ਚ ਕਿਸੇ ਵੀ ਭਵਿਸ਼ਯ ਵਕਤਾ ਦੇ ਵਕਤੇ 'ਚ ਨਹੀਂ ਆਇਆ। ਆਖਰੀ ਭਵਿਸ਼ਯਬਾਣੀ ਹੋਣੇ ਦੇ ਲਗਭਗ 400 ਸਾਲ ਬਾਅਦ ਜਲ ਉਸ ਸਹੀ ਵਕਤ ਥਾ ਪਰਮਾਤਮਾ ਮਸੀਹ ਜੋ ਸੰਸਾਰੇ 'ਚ ਘੱਲਿਆ।